ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਸਰਦਾਰ ਲਖਵੀਰ ਸਿੰਘ ਲੱਖਾ ਜੀ। ਸਰਦਾਰ ਲਖਵੀਰ ਸਿੰਘ ਲੱਖਾ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਪਰਮਾਤਮਾ ਦੇ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਬੀਤੇ ਦਿਨ ਸਰਦਾਰ ਲਖਵੀਰ ਸਿੰਘ ਲੱਖਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 29 ਸਤੰਬਰ ਦਿਨ ਐਤਵਾਰ ਪਿੰਡ ਪੱਸੀਆਂ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੱਤੀ। ਸਰਦਾਰ ਲਖਵੀਰ ਸਿੰਘ ਲੱਖਾ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰ ਭਜਨ ਸਿੰਘ ਦਾਦਾ ਜੀ, ਸਰਦਾਰ ਨਛੱਤਰ ਸਿੰਘ ਸਰਦਾਰ ਅਵਤਾਰ ਸਿੰਘ ਪਿਤਾ ਜੀ, ਜਸਪਾਲ ਕੌਰ ਮਾਤਾ ਜੀ, ਪ੍ਰਦੀਪ ਕੌਰ ਧਰਮਪਤਨੀ, ਅਮਨਦੀਪ ਕੌਰ ਭੈਣ, ਪਰਮਿੰਦਰ ਸਿੰਘ ਕਾਲਾ ਭਰਾ, ਮਨੋਜ ਜੈਨ ਦੋਸਤ, ਜਸਵੀਰ ਸਿੰਘ ਭਰਾ, ਅਵਜਿੰਦਰ ਸਿੰਘ ਲੜਕਾ, ਅਮਰਿੰਦਰ ਸਿੰਘ ਲੜਕਾ, ਅਰਸ਼ਦੀਪ ਕੌਰ ਲੜਕੀ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮਹਾਰਾਜ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਮਹਾਰਾਜ ਜੀ ਹਰ ਚੀਜ਼ ਦਿੱਤੇ ਅਤੇ ਹੁਕਮ ਕਮਾਂਗੇ। ਭੱਲੇ ਆਵੇ ਨਾਨਕਾ ਸੱਦੇ ਉੱਠੀ ਜਾਵੇ ਜੀ ਦੇ ਮਹਾਂਭਗਤਾਂ ਅਨੁਸਾਰ ਮਹਾਰਾਜ ਜੀ ਰਖਵੀਰ ਸਿੰਘ ਲੱਖਾ ਜੋ ਕਿ ਅਕਾਲ ਚਲਾਣਾ ਕਰ ਗਏ ਸਨ, ਮਹਾਰਾਜ ਉਹਨਾਂ ਦੀ ਯਾਦ ਵਿੱਚ ਪਰਿਵਾਰ ਨੇ ਸਹਿਜ ਪਾਠ ਸਾਹਿਬ ਰੰਗ ਕਰਵਾਏ, ਲਾਹੀ ਬਾਣੀ ਦੇ ਭੋਗ ਪਾਏ ਉਪਰੰਤ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੋਇਆ, ਵਿਚਾਰਾਂ ਹੋਈਆਂ, ਸੇਵਾ ਸਿਮਰਨ ਕਰਦਿਆਂ ਸਮੇਂ ਹੋਈਆਂ ਭੁੱਲਾਂ ਦੀ ਕਿਰਨਾਂ ਬਖਸ਼ਣੀ, ਮਹਾਰਾਜ ਦੀ ਸਮਰਥ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਸਾ ਮਨ ਹੋਏ ਸਾਹਿਬ ਮਨੋ ਨਿਸਰੇ ਤਾਂ ਸਰਲਾ ਕਿਛ ਸੁਣੀਏ ਕਿਛ ਕਹੀਏ ਭਾਲ ਰਹੇ ਹਮ
ਸਤਿਗੁਰਾਂ ਦਾ ਫਰਮਾਨ ਹੈ, ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ, ਕੇਲ ਕਰੇ ਦੇ ਹੰਜ ਨੂੰ ਚਿੰਤੇ ਵਾਜ ਪਏ, ਵਾਜ ਪਏ ਤੇ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤਨ ਚਿੱਤੇ ਸਨ ਸੋ ਗਾਲੀ ਰੱਬ ਕੀਆਂ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਬੇਟੇ ਲਖਬੀਰ ਸਿੰਘ ਜਿੰਨੀ ਪਰਮਾਤਮਾ ਵੱਲੋਂ ਉਹਨਾਂ ਨੂੰ ਸਵਾਸਾਂ ਰੂਪੀ ਪੂੰਜੀ ਮਿਲੀ ਹੋਈ ਸੀ, ਉਹਨੂੰ ਭੋਗਦੇ ਹੋਏ ਇਹ ਫਾਨੀ ਸੰਸਾਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਮਾਪਿਆਂ ਨੂੰ ਰਿਸ਼ਤੇ ਅਰਦਾਸ ਕਰਨੀ ਚਾਹੁੰਦਾ ਹਾਂ ਕਿ ਹੇ ਵਾਹਿਗੁਰੂ, ਜਿਹੜੇ ਲੋਕ ਪੁਕਾਰਦੇ ਹਨ ਕਿ ਮੈਨੂੰ ਵਾਹਿਗੁਰੂ ਲੈ ਜਾ, ਮੈਨੂੰ ਵਾਹਿਗੁਰੂ ਚੱਕ ਲੈ, ਉਸ ਵਾਸਤੇ ਵਾਹਿਗੁਰੂ ਤੁਸੀਂ ਲੱਖਾਂ ਵਾਰ ਸੋਚਦੇ ਹੋ ਤੇ ਜਿਹੜੇ ਭਰ ਜਵਾਨੀ ਦੇ ਵਿੱਚ ਜਾਂ ਅਜੇ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰਨੀ ਹੁੰਦੀ ਹੈ, ਉਹਨਾਂ ਕੱਚੀਆਂ ਕਲੀਆਂ ਨੂੰ ਜਦੋਂ ਤੂੰ ਤੋੜਦਾ ਹੈ ਤਾਂ ਵਾਹਿਗੁਰੂ ਤੈਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਇਸ ਤਰ੍ਹਾਂ ਕਿ ਰਾਗੀ ਸਿੰਘਾਂ ਨੇ ਫਰਮਾਨ ਜਾਰੀ ਕਰਕੇ ਪਹਿਲਾਂ ਇਹ ਸਾਂਝੀ ਕੀਤੀ ਸਾਡੇ ਨਾਲ ਕਿ ਮਰਨ ਲਿਖਾਏ ਮੰਡਲ ਮੇ ਆਏ, ਹਮ ਆਦਮੀ ਹੈ ਇੱਕਦਮ ਮੌਲਤ ਮਹਿਲ ਨਾ ਚਾਹੁੰਦਾ ਦੇ ਵਾਕਾਂ ਮਹਾਂਵਾਕਾਂ ਅਨੁਸਾਰ ਇੱਕ ਫਰਮਾਨ ਆਇਆ ਹੈ ਕਿ ਜਿਸ ਕੀ ਵਸਤ ਹੈ ਸੋ ਹੀ ਲੈ ਜਾਏਗਾ, ਕਿਸ ਆਗੇ ਕੀਜੇ ਰੋਸ। ਇਹ ਫਰਮਾਨ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਚਾਰਾ ਤਾਂ ਕੋ ਕੀਜੇ ਸਦ ਨਮਸਕਾਰ, ਸੱਚੇ ਪਾਤਸ਼ਾਹ ਤੇਰੀ ਵਾਸੀ ਤੂੰ ਲੈ ਗਿਆ, ਤੇਰੀ ਮਰਜ਼ੀ ਸਬਰ ਕਰਨਾ ਪੈਂਦਾ। ਅਸਾਂ ਅਵਤਾਰ ਸਿੰਘ ਜੀ ਤੁਹਾਡੇ ਦੇ ਜਿੱਥੇ ਇੱਕ ਦਾਦੇ ਦੀ ਜ਼ਿੰਮੇਵਾਰੀ ਹੈ ਔਰ ਤੁਸੀਂ ਦਾਦੇ ਦਾ ਰੂਪ ਵੀ ਬਾਪ ਦਾ ਰੂਪ ਵੀ, ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਵਿਧਵਾ, ਇੱਕ ਬਾਪ ਵਾਂਗੂ ਇੱਕ ਘਰ ਦੇ ਮੋਢੀ ਵਾਂਗੂ ਉਹਨਾਂ ਨੂੰ ਵੀ ਪਰਵਰਿਸ਼ ਕਰਦੀ ਹਾਂ। ਅੱਜ ਜਿੰਨੇ ਰਿਸ਼ਤੇਦਾਰ ਯਾਰ ਦੋਸਤ ਇਕੱਠੇ ਹੋਏ ਨੇ, ਸਾਡੇ 'ਚ ਇੱਕ ਬਿਮਾਰੀ ਚੱਲ ਪਈ ਹੈ, ਸਾਨੂੰ ਸਮਝ ਕੋਈ ਨਹੀਂ ਕਿਉਂਕਿ ਮੋਬਾਇਲ ਮੂਲ ਤਾਂ ਉਹਨਾਂ ਲੋਕਾਂ ਪੜ੍ਹੇ ਲਿਖੇ ਲਈ ਬਣਾਏ ਸੀ ਸਾਡੇ। ਉਹ 20 ਸਤੰਬਰ ਦਾ ਮਨਹੂਸ ਦਿਨ ਜੋ ਬੱਸੀਆਂ ਪਰਿਵਾਰ 'ਤੇ ਹਨੇਰੀ ਬਣ ਕੇ ਝੁੱਲਿਆ, ਵੈਸੇ ਤਾਂ 30 ਅਗਸਤ ਦਾ ਦਿਨ ਹੀ ਮੈਂ ਮਾੜਾ ਕਹੂੰਗਾ ਜਿੱਦਣ ਐਕਸੀਡੈਂਟ ਹੋਇਆ। ਸ਼ਬਦਾਂ ਦੇ ਗੁਰ ਭੇਟ ਕਰਨ ਵਾਸਤੇ, ਪਰਿਵਾਰ ਦੇ ਦੁੱਖ 'ਚ ਸ਼ਾਮਿਲ ਹੋਣ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸੰਸਕਾਰ ਵਾਲੇ ਦਿਨ ਵੀ ਬਹੁਤ ਵੱਡੀ ਗਿਣਤੀ ਦੇ ਅੰਦਰ ਆਪਾਂ ਇਕੱਤਰ ਹੋ ਕੇ ਪਰਿਵਾਰ ਦੇ ਦੁੱਖ 'ਚ ਸ਼ਾਮਿਲ ਵੀ ਹੋਏ, ਪਰਿਵਾਰ ਨੂੰ ਧਰਵਾਸ ਕਰਾਉਣ ਦਾ ਯਤਨ ਵੀ ਕੀਤਾ। ਉਸ ਤੋਂ ਬਾਅਦ ਅੱਜ ਤੱਕ ਲਖਵੀਰ ਸਿੰਘ ਜੀ ਸੁਪੁੱਤਰ ਸਰਦਾਰ ਅਵਤਾਰ ਸਿੰਘ ਬੱਸੀਆਂ ਜੀ, ਲਖਵੀਰ ਸਿੰਘ ਜੀ ਨੂੰ ਅਸੀਂ ਪਿਆਰ ਨਾਲ ਲੱਖਾ ਵੀ ਕਹਿੰਦੇ ਸੀ, ਉਹਨਾਂ ਦਾ ਪਿਆਰ ਸਾਰਿਆਂ ਨਾਲ ਸੀ। ਕੁਝ ਨੌਜਵਾਨ ਹੁੰਦੇ ਹੈ ਜਿਹੜੇ ਆਪਣੇ ਪਿਆਰ ਨਾਲ ਦਿਲਾਂ ਦੇ ਰਾਜ ਕਰਦੇ ਹਨ। ਗੁਰਦੁਆਰਾ ਸ੍ਰੀ ਸਤਿਰੰਗ ਸਰ ਸਾਹਿਬ ਵਾਸਤੇ 500 ਰੁਪਏ, ਗੁਰਦੁਆਰਾ ਸਿੰਘ ਸਭਾ 500 ਰੁਪਏ, ਬਾਬੇ ਸ਼ਹੀਦਾਂ ਦੇ ਸਥਾਨ ਵਾਸਤੇ 500 ਰੁਪਇਆ।
Thank you.
ਬਿਨਾਸੀ ਕਾ ਕਰ ਬਿਨਾਸੀ ਘਟੇ ਬਿਨਾਸੀ ਸਾਰ ਬਿਨਾ ਹੈ ਬਿਨਾਸੀ ਬਾਣੀ ਕਹਿੰਦੀ ਹੈ ਚਾਰੇ ਉਹ ਮੱਛੀ ਕਹਿੰਦੇ ਇੱਕ ਦਿਨ ਸ਼ਿਕਾਰੀ ਨੇ ਫੜ ਲਈ ਘਰੇ ਲੈ ਕੇ ਜਦੋਂ ਚੀਰੀ ਵਿੱਚੋਂ ਉਹੀ ਲੋਹੇ ਦਾ ਟੁੱਟਣ ਗਿਆ ਦੂਰੋਂ ਨਿਗਾਹ ਪੈ ਗਈ ਕ੍ਰਿਸ਼ਨ ਜੀ ਬੈਠੇ ਨੇ ਇੱਕ ਪੈਰ ਉਹਨਾਂ ਦਾ ਧਰਤੀ ਤੇ ਪਏ ਨੇ ਇੱਕ ਉਹਨਾਂ ਦਾ ਪੈਰ ਕਿਸੇ ਨੂੰ ਕਹਿੰਦੇ ਕਰਮ ਕਰਨ ਦਾ ਹੋਵੇ ਹੋ ਜਾਂਦੀ ਹੈ ਧਰਮ ਦੇ ਕੰਮ ਕਰਦਾ ਉੱਥੇ ਹੋਵੇ ਆ ਹੋਵੇ ਇਹ ਬੰਦਨਾ ਉੱਥੇ ਜੋਨੀ ਪਾਏ ਹੋਵੇ ਕਿੱਥੋਂ ਉਪਜੇ ਗੁਰੂ ਨਾਨਕ ਦੇਵ ਜੀ ਕਹਿੰਦੇ ਹੋਵੇ ਪੈਦਾ ਕਿੱਥੋਂ ਹੁੰਦੀ ਹੈ ਜਾਏ ਝੂਠੀ ਦੇ ਬੇਨਸ
Thank you.
पिंड आ पिंड की तरह जिमें आप पिंड रहते हैं उमें ये परमात्मा बसता कर सारे वो जोत आ सब मैंने जोत जोत है सोए इस चानण सब मैं वो चानण करके अपन सारा चानण हूँ अंदर जोत आ जी डाक्टर कह दें अखा की जोत अंदर खत्म हो अखा तो होंगे नहीं पैसे नाल बंदा ऐनक खरीद सकता जी पर निगाह नहीं खरीद सकता पैसे नाल बेड खरीद सकता बंदा पर नींद नहीं सब कुछ पैसा नहीं हों दुनिया सब कुछ माया नहीं है पैसे नाल कहते बंदा किताब खरीद सकता पर ज्ञान नहीं खरीद सकता पैसे नाल कहते बंदा बंदे खरीद सकता पर वफादारी नहीं खरीद सकता बंदे जिन्हें मर्जी खरीद लेगा पैसे नाल पर जरूरी नहीं कि वह वफादार हो वफादारी नहीं खरीदी जा सकती गुरु गोबिंद सिंह सिद्धे पातशाह जी के महाराज जी के नाल जंगा जुद्धा मेरे सिख रहे हैं जी भुखे भी रहे हैं बिना तनखाहों तो भी रहे हैं साल साल छे छे महीने ये नहीं आम कोई बिना तनखाह तो कोई रहिंदा नहीं किसे गुरु साहब नाल प्यार करने वाले वो प्यार गुरु तो बिना कितो नहीं मिलता जी वो वफादारियां पैसे नाल नहीं खरीदी जा सकती बड़े भज जाते पर गुरु साहब के नाल सिख भुखे भी रहे आनंदपुर साहब दरख्तों के पत्ते खा के भी गुजारा किया घेरा पिया रहा कहते दरख्तों के पत्ते तक भी मौके से अंदर पशु पंछी बंदे मारन लग गए थे पर फिर भी गुरु साहब को छड़ के नहीं गए जो चाली गए थे वो भी दोबारा मुक्तसर साहब फिर आ गए इस करके पैसे नाल कहते पैसा सब कुछ नहीं जी पैसे नाल बंदे खरीद लेंगे पर वफादार होने जरूरी नहीं वफादार इस करके भगत कबीर साहब जी कहते शरीर एक पिंड की तरह बाबा अपना बसों के गाँव घरी घरी का लेखा मांगे साई जीतू नाओ कहते ये अंदर पांच किसान बसते काम क्रोध लोभ मोह हंकार पांच किसान ने जेड़े दुखी करते पांच खेत जी करो नबेड़ा कहते मेरा एक ही नबेड़ा कर दौ कहते मैं हूनी बख्श दौ मनुखा जन्म आप की बार बख्श बंदे को दोबारा ये मनुखा जन्म मिलना है फिर पता नहीं कदों मेरे नाम है कहते ये परमात्मा हूँ ही मेरा बेटा जो इतने मैनू इन्ना ग्रहण कर दे सो समा समाप्त है नरबीर सिंह लखा जी उत्ते कुछ दिन पहला काल चलाना करके सन उन्हां दी याद विच परिवार ने अपने ग्रह दित्ते श्री सहज पाठ साहब आरंभ करवाए सन नरबीर सिंह जो कि पिछले दिनी रात में एक्सीडेंट दे विच जिनकी मौत हो गई सी महाराज जी कहते मौत का कोई भी नहीं जी पता बाल जवानी और बिरध गुण तीन अवस्था जो ये तीन अवस्था ने मौत किसी इस टाइम भी आ सकती है बचपन च भी जवानी च भी बुढ़ेपे दे विच भी आ सकती सतगुरु सच्चे पातशाह महाराज जी कहते पर थोड़ा जो आप देखते हैं जी साढ़े देश में क्योंकि देश बाकी भी बहुत ने दुनिया से कला साडा भारत देश नहीं चीन की आबादी साढ़े नालों वध उत्थे एक्सीडेंट किन्ने उन्होंने सात संगत की आप देखते हैं कानून निजम तो उत्थे सब कुछ वधिया गा तो उत्थे उन्हां दी आबादी तो साढ़े नालों भी ज़्यादा चीन की उत्थे एक्सीडेंट कित हों कोई कितने कोई मैस हैपन हों साढ़े तो हर रोज़ किन्ने किन्ने नौजवान मरते हैं एक्सीडेंट ये आप जो रब का कसूर कटिए जी रब का नहीं तो साढ़े माड़े सिस्टम का कसूर आ माड़े लोगों का कसूर आ जिन्होंने ये बनाना गा नहीं बनिया इतने कोई फड़िया नहीं जाता कोई मार के चलिया जाता पता ही नहीं लगता कौन मार गया बंदा कौन चलिया जे कितने महाराज जी कहते इन गलों का कितने ध्यान रखा हों कि मामा के पुत बच सकते हैं जी इस तरह दौतों क्योंकि कबीर साहब कहते कबीर मन जाने सब बात जानत ही औगन करे काहे की कुशला हाथ दीप कुए परे ददा दोष ना दियो किसे दोष करमा अपने कहते ये दोष किसे नू ना दे सरकारा नू भी ना दे तेरा अपना कसूर आ क्यों सरकारा कौन चुनदा तुसी असी चुनदे हां लोग चुनदे हां वोटां असी पाउने हां
ਤੇ ਕਹਿੰਦੇ ਇਸ ਕਰਕੇ ਜੀ ਦੋਸ਼ ਸਾਡਾ ਹੀ ਫਿਰ ਆ ਜਾਂਦਾ, ਗੱਲ ਸਾਡੇ ਦੀ ਹੋ ਗਈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਇਸ ਕਰਕੇ ਕਿਸੇ ਇੱਕ ਨੂੰ ਇੱਦਾਂ ਆਪਾਂ ਦੇਖਦੇ ਹਾਂ ਐਕਸੀਡੈਂਟ ਹੁੰਦੇ ਆ, ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲਦੀ, ਕੋਈ ਲੱਭਿਆ ਨਹੀਂ ਜਾਂਦਾ, ਕੋਈ ਫੜਿਆ ਨਹੀਂ ਜਾਂਦਾ, ਇੱਕ ਨੂੰ ਸਜ਼ਾ ਮਿਲੇ, ਬਾਕੀ ਆਪ ਹੀ ਹਟ ਜਾਣਗੇ, ਆਪ ਹੀ ਇੱਦਾਂ ਦੇ ਅਪਰਾਧ ਹੋਣੋਂ ਘੱਟ ਜਾਣਗੇ, ਮੌਤਾਂ ਘੱਟ ਜਾਣਗੀਆਂ ਐਕਸੀਡੈਂਟ। ਨੌਜਵਾਨ ਜਿਹੜੀਆਂ ਮੌਤਾਂ ਨਿੱਤ ਹੁੰਦੀਆਂ ਆਪਾਂ ਦੇਖਦੇ ਹਾਂ, ਸਾਡੀ ਆਬਾਦੀ ਕਿੰਨੀ, ਚੀਨ ਦੀ ਸਾਡੇ ਨਾਲੋਂ ਕਿਤੇ ਜ਼ਿਆਦਾ, ਕਿੰਨੇ ਕੁ ਆਪਾਂ ਪੇਪਰਾਂ 'ਚ ਪੜ੍ਹਦੇ ਹਾਂ ਉਹਨਾਂ ਦੇ ਉੱਤੇ। ਇਸ ਕਰਕੇ ਇਹਨਾਂ ਗੱਲਾਂ ਨੂੰ ਮਹਾਰਾਜ ਕਹਿੰਦੇ ਸਾਨੂੰ ਸੋਚਣਾ ਪਵੇਗਾ, ਆਉਣ ਵਾਲੇ ਸਮੇਂ 'ਚ ਸਾਨੂੰ ਵਿਚਾਰਨਾ ਪਵੇਗਾ, ਇਕੱਲਾ ਰੱਬ ਨੂੰ ਦੋਸ਼ ਦੇ ਕੇ, ਰੱਬ ਨੂੰ ਕਹਿ ਕੇ ਇਹ ਨਹੀਂ। ਮਹਾਰਾਜ ਕਹਿੰਦੇ ਕਿਸੇ ਦਾ ਦੋਸ਼ ਨਹੀਂ, ਰੱਬ ਦਾ ਦੋਸ਼ ਨਹੀਂ, ਦੋਸ਼ ਸਾਡਾ ਹੀ, ਕਸੂਰ ਬਾਰੇ ਦੇ ਅਸੀਂ ਹਾਂ ਜੀ, ਅਸੀਂ ਇੱਕ ਦੂਜੇ ਦੇ ਨਾਲ ਖੜੀਏ। ਮਹਾਰਾਜ ਜੀ ਕਹਿੰਦੇ ਇਸ ਕਰਕੇ ਜੱਬੇ ਰੋਸ ਜੱਬੇ ਬਾਣ ਲਾਗਿਓ ਤੱਬੇ ਰੋਸ ਜਾਗਿਓ। ਜਿਹਨੂੰ ਦੁੱਖ ਲੱਗਦਾ ਜੀ ਉਹਨੂੰ ਪਤਾ ਇਹ ਦੁੱਖ ਕਿੱਡਾ ਵੱਡਾ ਹੁੰਦਾ, ਘਰ ਚੋਂ ਪੁੱਤ ਚਲਿਆ ਜਾਵੇ, ਉਹ ਮਾਂ ਨੂੰ ਉਹ ਬਾਪ ਨੂੰ ਪਤਾ ਗਾ। ਉਹ ਮਹਾਰਾਜ ਕਹਿੰਦੇ ਦੁੱਖ ਕੀ ਹੈ, ਲਾਗੀ ਹੋਏ ਸੋ ਜਾਣੇ ਪੀੜ। ਬਾਣੀ ਕਹਿੰਦੇ ਜਿਹਨੂੰ ਲੱਗੀ ਆ ਪੀੜ ਉਹੀ ਜਾਣਦਾ, ਦੂਜੇ ਬੰਦੇ ਨੂੰ ਪੀੜ ਦਾ ਨਹੀਂ ਪਤਾ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਸਮਰਥ ਬਖਸ਼ਣ। ਸੋ ਹੁਣ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ ਜੀ, ਉਸ ਤੋਂ ਬਾਅਦ ਅਰਦਾਸ ਹੁਕਮਨਾਮਾ ਸਾਹਿਬ ਦਾ। ਆਨੰਦ ਓਅੰਕਾਰ ਸਤਿਗੁਰ ਸਾਰਾ
ਦੇਸ਼ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਬੱਚਿਆਂ ਪਿਆਰਿਆਂ ਜਾਂ ਸਾਹਿਬਜ਼ਾਦੇ ਚਾਲੀਆਂ ਮੁਸਤੀਆਂ ਅੱਠੀਆਂ ਜੱਪੀਆਂ ਜੱਪੀਆਂ ਜਿਹਨਾਂ ਨਾਮ ਦਿੱਤਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਸੁਣ ਕੇ ਅੰਡਿੱਟ ਕੀਤਾ ਜਿਹਨਾਂ ਪਿਆਰਿਆਂ ਵਿਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰ ਕੇ ਸਿੰਘ ਦਿੱਤੇ ਬੰਦ ਬੰਦ ਕਟਵਾਏ ਕੁੱਪੜੀਆਂ ਲਵਾਈਆਂ ਤਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਕੁਰਬਾਨੀਆਂ ਕੀਤੀਆਂ ਧਰਮੜੀ ਮਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਿਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਰੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਦਿੱਤਾ ਵਿਗਤਾਵਨ ਦਾ ਹੁਕਮ ਹੈ ਜਾਂ ਜਾਂ ਗੁਰੂ ਖਾਲਸਾ ਜੀ ਖਾਲਿਦਾਂ ਦਾ ਰਿਸਿਆ ਜਾਏ ਦੇ ਪੰਥ ਕੀ ਜੀ ਸ੍ਰੀ ਪੰਥ ਜੀ ਸਹਾਰੇ ਖਾਲਸਾ ਜੀ ਕੇ ਗੁਰੂ ਬਾਰੇ ਬੋਲੋ ਜੀ। ਸਾਨੂੰ ਖੁਸ਼ੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਕਥਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤ ਪ੍ਰਸਾਦ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੀਜੇ ਗੁਰਦੁੱਖ ਅਟਾਲੂ ਧਾਰਮਿਕਾ ਜੈਕਾਰ ਹੋਵੇ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਦੀ ਮਤ ਦਾ ਰਾਖਾ ਪਕਾਲ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀ ਹਰ ਚੀਜ਼ ਦਿੱਤੇ ਅਤੇ ਹੁਕਮ ਕਮਾਂਗੇ ਹਲੇ ਆ ਗਏ ਨਾਨਕਾ ਸੱਦੇ ਉੱਠੀ ਜਾਵੇ ਜੀ ਦੇ ਮਹਾਂਭਗਤਾਂ ਅਨੁਸਾਰ ਮਹਾਰਾਜ ਜੀ ਰਖੀਰ ਸਿੰਘ ਰੱਖਾ ਜੋ ਕਿ ਕਾਲ ਚਲਾਣਾ ਕਰ ਗਏ ਸਨ ਮਹਾਰਾਜ ਉਹਨਾਂ ਦੀ ਯਾਦ ਵਿੱਚ ਪਰਿਵਾਰ ਨੇ ਸਹਿਜ ਪਾਠ ਸਾਹਿਬ ਰੰਗ ਕਰਵਾਏ ਲਾਹੀ ਬਾਣੀ ਦੇ ਭੋਗ ਪਾਏ ਉਪਰੰਤ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੋਇਆ ਵਿਚਾਰਾਂ ਹੋਈਆਂ ਸੇਵਾ ਸਿਮਰਨ ਕਰਦਿਆਂ ਸਮੇਂਹੀਆਂ ਭੁੱਲਾਂ ਦੀ ਕਿਮਾ ਬਖਸ਼ਣੀ ਮਹਾਰਾਜ ਦੀ ਸਮਰੱਥ ਬਖਸ਼ਣੀ ਬਾਣੀ ਦਾ ਫਲ ਭਾਵ ਸੰਗਤਾਂ ਦੇ ਮਨਾਂ ਅੰਦਰ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਦਿਆਂ ਜੀ ਪਰਿਵਾਰ ਨੂੰ ਪਾਣ ਮੰਨਣ ਦਾ ਬਲ ਬਖਸ਼ਣਾ ਮਹਾਰਾਜ ਸਮਰੱਥ ਬਖਸ਼ਣੀ ਸੁੰਦਰ ਪੈਸਾਕੀ ਆਪ ਜੀ ਅੰਗੀਕਾਰ ਕਰੋ ਆਪ ਜੀ ਦੀ ਹਜ਼ੂਰੀ ਚ ਕੜਾਹ ਪ੍ਰਸ਼ਾਦ ਦੇਖ ਸਾਈ ਕੇ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਹਿਬ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤ ਦਾ ਨਿਹਾਲ ਕਰੋ ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਜਿੱਤਾ ਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੈਸਾ ਮਰਨਾ ਹੋਏ ਜੀ ਕਰ ਸਾਹਿਬ ਮਨੁ ਨਾ ਵਿਸਰੇ ਤਾਂ ਸਰਲਾ ਕਮਾਣਾ ਜਮ ਦੁਆਰ ਜਾ ਪਕੜ ਚਲਾਇਆ ਤਾਂ
ਕਿਸ ਸੁਣੀਏ ਕਿਸ ਕਹੀਏ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵ ਤਿਆ ਮਰ ਰਹੀਏ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵ ਤਿਆ ਮਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਕਾਕਾ ਲਖਬੀਰ ਸਿੰਘ ਜੀ ਲੱਖਾ ਸਪੁੱਤਰ ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਸਾਬ ਡਿਵੀਜ਼ਨ ਬੱਸੀਆਂ ਉਹਨਾਂ ਦੀ ਅੰਤਮ ਅਰਦਾਸ ਸਮੇਂ ਪਹੁੰਚੇ ਰਿਸ਼ਤੇਦਾਰ ਸਕੇ ਸੰਬੰਧੀ ਇਲਾਕਾ ਨਿਵਾਸੀ ਨਗਰ ਨਿਵਾਸੀ ਸਾਰੀ ਸੰਗਤ ਨੂੰ ਸੰਗਤ ਦਾ ਰੂਪ ਜਾਣ ਕੇ ਫਤਿਹ ਅਰਜ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਫਰਮਾਨ ਹੈ ਫਰੀਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਹੰਜ ਨੂੰ ਚਿੰਤੇ ਵਾਜ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤਨ ਚਿੱਤੇ ਸਨ ਸੋ ਗਾਲੀ ਰੱਬ ਕੀਆਂ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਬੇਟੇ ਲਖਬੀਰ ਸਿੰਘ ਜਿੰਨੀ ਪਰਮਾਤਮਾ ਵੱਲੋਂ ਉਹਨਾਂ ਨੂੰ ਸਵਾਸਾਂ ਰੂਪੀ ਪੂੰਜੀ ਮਿਲੀ ਹੋਈ ਸੀ ਉਹਨੂੰ ਭੋਗਦੇ ਹੋਏ ਇਹ ਫਾਨੀ ਸੰਸਾਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਮਾਪਿਆਂ ਨੂੰ ਰਿਸ਼ਤੇਦਾਰਾਂ ਨੂੰ ਸਮੁੱਚੀ ਸੰਗਤ ਨੂੰ ਅਲਵਿਦਾ ਕਹਿ ਗਏ ਸਤਸੰਗ ਜੀ ਹਰ ਰੋਜ਼ ਦੀ ਤਰ੍ਹਾਂ ਬੱਚੇ ਕੰਮ 'ਤੇ ਜਾਂਦੇ ਆ ਆਉਂਦੇ ਆ ਸੋ ਲਖਬੀਰ ਸਿੰਘ ਵੀ ਆਪਣੀ ਡਿਊਟੀ ਤੋਂ ਲੁਧਿਆਣੇ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਕਿਸੇ ਨੂੰ ਕੀ ਪਤਾ ਸੀ ਜਿਸ ਟਾਈਮ ਲਖਬੀਰ ਸਿੰਘ ਤੁਰਿਆ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਬੱਚਿਆਂ ਵਾਸਤੇ ਚੀਜ਼ਾਂ ਲੈਂਦੇ ਹਾਂ ਬਹੁਤ ਕੁਛ ਅਸੀਂ ਕਰਦੇ ਹਾਂ ਸੋ ਜੋਧਾ ਮਨਸੂਰਾ ਬੈਂਕ ਦੇ ਸਾਹਮਣੇ ਜੋ ਲੋਕੇਸ਼ਨ ਸਥਿਤੀ ਦੱਸੀ ਜਾਂਦੀ ਆ ਉੱਥੇ ਇੱਕ ਜੋ ਰੋਡ ਦੇ ਉੱਤੇ ਆਪਾਂ ਇਹਨੂੰ ਐਕਸੀਡੈਂਟ ਤਾਂ ਨਹੀਂ ਕਹਿ ਸਕਦੇ ਇੱਕ ਮਤਲਬ ਜੋ ਕਤਲ ਆ ਅੰਨੇ ਵਾਹ ਗੱਡੀਆਂ ਚਲਾਉਣੀਆਂ ਕਿਸੇ ਨੂੰ ਕ੍ਰਾਸ ਕਰਨਾ ਕਿਸੇ ਨੂੰ ਦੇਖਣਾ ਮੂਹਰੇ ਕੋਈ ਆ ਰਿਹਾ ਅਸੀਂ ਕਿਸੇ ਨੂੰ ਲੰਘ ਰਹੇ ਹਾਂ ਟੱਪ ਰਹੇ ਹਾਂ ਕ੍ਰਾਸ ਕਰ ਰਹੇ ਹਾਂ ਅੱਗਾ ਪਿੱਛਾ ਸਭ ਦੇਖਣ ਦਾ ਜੇ ਗੱਡੀ 'ਤੇ ਕਰੀਸ ਦਿੱਤੀ ਆ ਉਹਦੇ ਬ੍ਰੇਕ ਵੀ ਦਿੱਤੇ ਆ ਉਸੇ ਤਰ੍ਹਾਂ ਸਾਨੂੰ ਦਿਮਾਗ ਵੀ ਉਹਦੇ 'ਤੇ ਵਰਤਣਾ ਚਾਹੀਦਾ ਸੋ ਉਹ ਘੜੀ ਇਸ ਪਰਿਵਾਰ ਦੇ ਉੱਤੇ ਆਈ ਉਹ ਗੱਡੀ ਨਹੀਂ ਜਿਹਦਾ ਕਿ ਹਜੇ ਤੱਕ ਪਤਾ ਚਲੋ ਲੱਗਣ ਦੇ ਨਜ਼ਦੀਕ ਆ ਲੱਗ ਜੂਗਾ ਪਰੰਤੂ ਮਾਂ ਪਿਓ ਬੱਚਿਆਂ ਨੂੰ ਆਪਦਾ ਬਾਪ ਨਹੀਂ ਮਿਲਣਾ ਉਹ ਸਮਾਂ ਵਾਪਰਿਆ ਸੋ ਜਿਸ ਤਰ੍ਹਾਂ ਸਤਿਗੁਰਾਂ ਦਾ ਫਰਮਾਨ ਸੀ ਕਿ ਗੁਰੂ ਜੀ ਫਰੀਦ ਸਾਹਿਬ ਕਿਸ ਨੂੰ ਕਹਿ ਰਹੇ ਆ ਫਰੀਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਇਹ ਆਤਮਾ ਨੂੰ ਕਹਿ ਰਹੇ ਆ ਇਹ ਪ੍ਰਾਣੀ ਨੂੰ ਕਹਿ ਰਹੇ ਆ ਸੋ ਅੱਜ ਇਸ ਪਰਿਵਾਰ ਦੇ ਨਾਲ ਇੱਕ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸਾਡੇ ਕੋਲ ਇਹਨਾਂ ਨੂੰ ਸਰਦਾਰੀ ਦੀ ਦੇਣ ਵਾਸਤੇ ਪਹੁੰਚੀਆਂ ਸੋ ਜਿਸੋਂ ਤੱਕ ਆਪਾਂ ਇਹਨਾਂ ਦੀ ਕਾਰ ਸੇਵਾ ਦੀ ਗੱਲ ਕਰੀਏ ਭਾਈ ਸਾਹਿਬ ਅਵਤਾਰ ਸਿੰਘ ਕਿਸੇ ਨੂੰ ਵੀ ਖੂਨਦਾਨ ਕੈਂਪ ਦੀ ਲੋੜ ਆ ਕਿਸੇ ਨੂੰ ਹੋਰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਆ ਸੋ ਬਚਪਨ ਤੋਂ ਲੈ ਕੇ ਇਸ ਪਾਸੇ ਜੁੜੇ ਆ ਔਰ ਇਹਨਾਂ ਦੇ ਚੰਗੇ ਕਰਮ ਸੀ ਇਹਨਾਂ ਦੇ ਬੱਚੇ ਵੀ ਇਸੇ ਤਰ੍ਹਾਂ ਹੀ ਜੁੜੇ ਸੀ ਔਰ ਅਸੀਂ ਉਸ ਟਾਈਮ ਅਵਤਾਰ ਸਿੰਘ ਨੂੰ ਕਹਿੰਦੇ ਹੁੰਦੇ ਸੀ ਤੁਸੀਂ ਦੋਸਤ ਬਹੁਤ ਲੱਕੀ ਹੋ ਜਦੋਂ ਨੌਜਵਾਨ ਅਵਸਥਾ ਸੀ ਅਵਤਾਰ ਸਿੰਘ ਦੀ ਵੀ ਬਹੁਤ ਨੌਜਵਾਨ ਅਵਸਥਾ ਸੀ ਬੱਚਾ ਫੌਜ ਦੇ ਵਿੱਚ ਚਲਿਆ ਗਿਆ ਇੱਕ ਬੱਚਾ ਇੱਕ ਨੌਕਰੀ 'ਤੇ ਚਲਿਆ ਜਾਣਾ ਬੱਚਿਆਂ ਵਾਸਤੇ ਮਾਤਾ ਪਿਤਾ ਵਾਸਤੇ ਬਹੁਤ ਪ੍ਰਾਪਤੀ ਹੁੰਦੀ ਆ ਪਰੰਤੂ ਪਰਮਾਤਮਾ ਨੂੰ ਨਾ ਮਨਜ਼ੂਰ ਹੋਇਆ ਉੱਥੇ ਉਹਦੀ ਲੱਤ ਟੁੱਟ ਗਈ ਉਸ ਤੋਂ ਬਾਅਦ ਉਹਨੇ ਆ ਕੇ ਇੱਥੇ ਵੀ ਆਪਣੀ ਮਿਹਨਤ ਆ ਜੋ ਚਾਲੂ ਰੱਖੀ ਗੱਡੀਆਂ ਦਾ ਕੰਮ ਕਰਿਆ ਟਰਾਂਸਪੋਰਟ ਦਾ ਕੰਮ ਕਰਿਆ ਦਿੱਲੀ ਨੂੰ ਚਲਾਈਆਂ ਲੇਹ ਲਦਾਖ ਨੂੰ ਚਲਾਈਆਂ ਦੂਰ ਨੂੰ ਚਲਾਈਆਂ ਨੇੜੇ ਨੂੰ ਚਲਾਈਆਂ ਕਦੇ ਉਹਦੇ 'ਚ ਰੀਟ ਨਹੀਂ ਆਈ ਜਿੱਦਾਂ ਨੂੰ ਜਾਂਦਾ ਸੀ ਕਹਿੰਦੇ ਵੀ ਚੰਗਾ ਡਰਾਈਵਰ ਮਾਂ ਪਿਓ ਦੇ ਵਾਸਤੇ ਵੀ ਇੱਕ ਚੰਗੀ ਠੰਡੀ ਸੇਵ ਹਵਾ ਸੀ ਹੁਣ ਪਰਮਾਤਮਾ ਨੇ ਉਹਨੂੰ ਇੱਕ ਰਿਜ਼ਕ ਬਖਸ਼ਿਆ ਸੀ ਰੇਲਵੇ ਦੇ ਵਿੱਚ ਸੋ ਉਹ ਵੀ ਮਨਜ਼ੂਰ ਨਾ ਹੋਇਆ ਸੋ ਇਹਦੇ ਵਿੱਚ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਆਪਾਂ ਕਿਹਨੂੰ ਦੋਸ਼ੀ ਠਹਿਰਾਈਏ ਦੱਦਾ ਦੋਸ਼ ਨਾ ਦੱਸੋ ਕਿਸੇ ਨੂੰ ਦੋਸ਼ ਕਰਮਾ ਆਪਣਿਆ ਸਾਡੇ ਕਰਮਾਂ ਦਾ ਦੋਸ਼ ਸਾਡੇ ਪੱਲੇ ਪੈ ਗਿਆ ਸੋ ਅੱਜ ਸਾਡੇ ਕੋਲ ਬਹੁਤ ਸਾਰੀਆਂ ਸੰਸਥਾਵਾਂ ਦੇ ਮੁਕੇ ਬਿਜਲੀ ਬੋਰਡ ਦੇ ਹੋ ਗਏ ਹੋਰ ਬਹੁਤ ਸਾਰੇ ਜੋ ਸੰਗਤ ਆ ਸਮੇਂ ਸਮੇਂ ਸਿਰ
ਕੀ ਆ ਉਹਨਾਂ ਦੇ ਵਿੱਚੋਂ ਕੁਝ ਬੁਲਾਰਿਆਂ ਨੂੰ ਅਸੀਂ ਸਮਾਂ ਦੇਵਾਂਗੇ ਕਿਉਂਕਿ ਕੀਰਤਨ ਦੀ ਸਮਾਪਤੀ ਤੇ ਅਰਦਾਸ ਵੀ ਆ ਜਿਹੜੀ ਇਸੇ ਕਰਕੇ ਅਸੀਂ ਸਮਾਂ ਥੋੜਾ ਜਿਹਾ ਐਡਵਾਂਸ ਰੱਖਿਆ ਵਾ ਸੋ ਇਸ ਸਮੇਂ ਸਭ ਕੁਝ ਸੋਗ ਸਮਾਚਾਰ ਸਾਡੇ ਕੋਲ ਪਹੁੰਚੇ ਆ ਉਹਨਾਂ ਦੇ ਵਿੱਚੋਂ ਸਿਰਫ ਇੱਕ ਨੂੰ ਹੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਵਿਸ਼ਾ ਸਾਰਿਆਂ ਦਾ ਉਹੀ ਆ ਗੱਲ ਸਾਰਿਆਂ ਦੀ ਉਹੀ ਆ ਇਹ ਹੈਗਾ ਸਮੁਦਾਇਕ ਰੇਡੀਓ ਖੇਤਰ ਸੰਘ ਰਜਿਸਟਰਡ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਆ ਸਵਰਗਵਾਸੀ ਪਿਆਰੇ ਲਖਵੀਰ ਸਿੰਘ ਜੀ ਲੱਖਾ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਵਿਸਲੀ ਮਹਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦਿੰਦੇ ਹੋਏ ਭਵਿੱਖ ਵਿੱਚ ਹਮੇਸ਼ਾ ਮੇਰ ਭਰਿਆ ਰੱਖਦੇ ਹੋਏ ਸੁਖੀ ਰੱਖਣ ਦੁਖੀ ਹਿਰਦੇ ਦੇ ਨਾਲ ਅਵਤਾਰ ਸਿੰਘ ਸਰਪ੍ਰਸਤ ਅਰਜੀਵ ਸਿੰਘ ਸੱਚ ਅਰਜੀਵ ਸੱਚ ਦੇਵਾ ਪ੍ਰਧਾਨ ਜੀ ਮੋਹਨ ਲਾਲ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਅਤੇ ਸਮੂਹ ਮੈਂਬਰ ਸਾਹਿਬਾਨ ਇਹਨਾਂ ਨੇ ਇਹ ਸੋਗ ਸਮਾਚਾਰ ਭੇਜਿਆ ਇੱਕ ਸਾਡੇ ਕੋਲ ਹੋਰ ਸ਼ਰਧਾਂਜਲੀ ਸਮਾਚਾਰ ਆਇਆ ਸਮੁਦਾਇਕ ਰੇਡੀਓ ਸੋਤਾ ਵੱਲੋਂ ਤੁਹਾਨੂੰ ਜੋੜਿਆ ਗਿਆ ਅਖਿਲ ਭਾਰਤੀ ਅਰੋੜਾ ਏਕਤਾ ਪਰਿਵਾਰ ਸਿਰਸਾ ਹਰਿਆਣਾ ਦੇ ਵੱਲੋਂ ਸੁੱਖ ਸੰਦੇਸ਼ ਆਇਆ ਦਰਸ਼ਕ ਸੋਤਾ ਸੰਘ ਰਜਿਸਟਰਡ ਜਗਦੀਸ਼ਪਾਲ ਜੀ ਮਹਿਤਾ ਅਤੇ ਉਹਨਾਂ ਦੇ ਮੈਂਬਰ ਉਹ ਵੀ ਉਹਨਾਂ ਵੱਲੋਂ ਸਾਡੇ ਕੋਲ ਇੱਕ ਸੁੱਖ ਸਮਾਗਮ ਆਇਆ ਲੋਕ ਹਿੱਤ ਵੈਲਫੇਅਰ ਸੋਸਾਇਟੀ ਜਗਰਾਓਂ ਵੱਲੋਂ ਜਗਦੀਸ਼ਪਾਲ ਮਹਿਤਾ ਪ੍ਰਧਾਨ ਜੀ ਵੱਲੋਂ ਇੱਕ ਸੁੱਖ ਸਮਾਗਮ ਆਇਆ ਸੋ ਸਾਰਿਆਂ ਦਾ ਵਿਸ਼ਾ ਵਾ ਉਹ ਇਹੀ ਆ ਕਿ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆ ਔਰ ਪਰਿਵਾਰ ਦੇ ਨਾਲ ਇਸ ਸਮੇਂ ਜੋ ਆਪਣਾ ਦੁੱਖ ਸੁੱਖ ਸਾਂਝਾ ਕਰਨ ਆਏ ਆ ਸੋ ਦਸਮੇਸ਼ ਟੈਕਸੀ ਯੂਨੀਅਨ ਜਿਸ ਜਗ੍ਹਾ ਦੇ ਉੱਤੇ ਵੀਰ ਨੇ ਲੰਬਾ ਟਾਈਮ ਕੰਮ ਕਰਿਆ ਉਹਨਾਂ ਦੇ ਸਮੂਹ ਮਾਲਕ ਦੇ ਡਰਾਈਵਰ ਵੀਰਾਂ ਵੱਲੋਂ ਸੋਗ ਮਤੇ ਦੇ ਵਿੱਚ ਮਤਾ ਭੇਜਿਆ ਜਾਂਦਾ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੋਗ ਮਤੇ ਦੇ ਰਾਹੀਂ ਹਾਜ਼ਰੀ ਲਵਾਈ ਆ ਸੋ ਹੁਣ ਸਾਡੇ ਕੋਲ ਜੋ ਬੁਲਾਰੇ ਆ ਉਹਨਾਂ ਦੇ ਨਾਂ ਤਾਂ ਬਹੁਤ ਸਾਰੇ ਆਏ ਸੀ ਪਰੰਤੂ ਅਸੀਂ ਜੋ ਵਿਚਾਰਦੇ ਹੋਏ ਕੁਝ ਕੁ ਬੁਲਾਰਿਆਂ ਨੂੰ ਸਮਾਂ ਦੇ ਸਕਾਂਗੇ ਔਰ ਉਹਨਾਂ ਨੂੰ ਨਾਲ ਦੀ ਨਾਲ ਬੇਨਤੀ ਵੀ ਕਰਾਂਗੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਸੰਖੇਪ ਦੇ ਵਿੱਚ ਆਪਾਂ ਆਪਣੀ ਹਾਜ਼ਰੀ ਲਾਉਣੀ ਆ ਸੋ ਮੈਂ ਸਭ ਤੋਂ ਪਹਿਲਾਂ ਮੋਹਨ ਲਾਲ ਜੀ ਐਡਵੋਕੇਟ ਸਰਸਾ ਹਰਿਆਣਾ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਆ ਕੇ ਹਾਜ਼ਰੀ ਲਵਾਉਣ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਹਿਬੇ ਕਮਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਾਜੀ ਨਵਾਜ ਜੀ ਬਹੁਤ ਹੀ ਪਿਆਰੀ ਸਾਧ ਸੰਗਤ ਜੀਓ ਬਹੁਤ ਅਰਦਾਸ ਕਰਨੀ ਚਾਹੁੰਦਾ ਹਾਂ ਕਿ ਹੇ ਵਾਹਿਗੁਰੂ ਜਿਹੜੇ ਲੋਕ ਪੁਕਾਰਦੇ ਹਨ ਕਿ ਮੈਨੂੰ ਵਾਹਿਗੁਰੂ ਲੈ ਜਾ ਮੈਨੂੰ ਵਾਹਿਗੁਰੂ ਚੱਕ ਲੈ ਉਸ ਵਾਸਤੇ ਵਾਹਿਗੁਰੂ ਤੁਸੀਂ ਲੱਖਾਂ ਵਾਰ ਸੋਚਦੇ ਹੋ ਅਤੇ ਜਿਹੜੇ ਭਰ ਜਵਾਨੀ ਦੇ ਵਿੱਚ ਜਾਂ ਅਜੇ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰਨੀ ਹੁੰਦੀ ਹੈ ਉਹਨਾਂ ਕੱਚੀਆਂ ਗਲੀਆਂ ਨੂੰ ਜਦੋਂ ਤੂੰ ਤੋੜਦਾ ਹੈ ਤਾਂ ਵਾਹਿਗੁਰੂ ਤੈਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਸਾਡੇ ਵੱਲੋਂ ਅਰਦਾਸ ਹੈ ਵਾਹਿਗੁਰੂ ਕਿ ਤੁਸੀਂ ਅਰਦਾਸ ਨੂੰ ਕਬੂਲ ਕਰਿਓ ਤੇਰਾ ਭਾਣਾ ਮਿੱਠਾ ਲੱਗਾ ਵਾਹਿਗੁਰੂ ਸਾਨੂੰ ਮੰਨਣਾ ਪੈ ਰਿਹਾ ਹੈ ਪਰ ਇਹ ਮੰਨਣ ਵਾਲਾ ਭਾਣਾ ਨਹੀਂ ਸੀ ਇਹ ਬਹੁਤ ਹੀ ਦੁੱਖਦਾਈ ਗੱਲ ਹੈ ਤਾਂ ਮੈਂ ਤੁਹਾਡੇ ਸਾਰਿਆਂ ਵੱਲੋਂ ਉਸ ਵਿਛੜੀ ਰੂਹ ਨੂੰ ਫਤਿਹ ਬੁਲਾ ਕੇ ਆਪਣੀ ਜਗ੍ਹਾ ਲਾਊਂਗਾ ਤਾਂ ਤੁਸੀਂ ਸਾਰਿਆਂ ਨੇ ਮੇਰੇ ਨਾਲ ਫਤਿਹ ਬੁਲਾ ਕੇ ਸ਼ਰਧਾਂਜਲੀ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਠੇ ਅਤੇ ਪਿਆਰੀ ਗੋਦ ਦਾ ਆਨੰਦ ਮਾਣਦਾ ਹੈ ਸਾਧਕ ਜਿਓ ਫਤਿਹ ਦੀ ਸਾਂਝ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਰਾਗੀ ਸਿੰਘਾਂ ਨੇ ਪ੍ਰਮਾਨ ਜਾਰੀ ਕਰਕੇ ਪਹਿਲਾਂ ਹੀ ਸਾਂਝੀ ਕੀਤੀ ਸਾਡੇ ਨਾਲ ਕਿ ਮਰਨ ਲਿਖਾਏ ਮੰਡਲ ਮੇਂ ਆਏ ਹਮ ਆਦਮੀ ਹੈ ਇੱਕਦਮ ਮੌਲਤ ਮਹਿਲ ਦੇ ਵਾਕਾਂ ਮਹਾਂਵਾਕਾਂ ਅਨੁਸਾਰ ਇੱਕ ਫਰਮਾਨ ਆਇਆ ਹੈ ਕਿ ਜਿਸ ਕੀ ਵਸਤ ਹੈ ਸੋ ਹੀ ਲੈ ਜਾਏਗਾ ਕਿਸ ਆਗੇ ਕੀਜੇ ਰੋਸ ਇਹ ਫਰਮਾਨ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸਾਨੂੰ ਸਭ ਕੁਝ ਹੀ ਇਹ ਚੀਜ਼ ਸਿਖਾਉਂਦਾ ਹੈ
कि साडे जीवन इस गुरु नूं समर्पित है। जिहड़ी चीज इस गुरु की है, गुरु उस नूं लै गया है। सानूं रोस करन दा दरावे कंडे बगला बैठा केल करे केल करेंदे हंज नूं चेते बाज पए बाज पए ते सरब दे केला विसरिया जो मन चितन चिते सन सोकाली रब की काका लखवीर सिंह जी की अंतम अरदास चौड़वटी गुरु रूप गुरु खालसा साध संगत पूज्य बुजुर्गो माताओ मीरो ते भैणो फतेह अर्ज करदा वाहिगुरु जी का खालसा वाहिगुरु जी की फतेह। मैनू साड़ा कट सी बसी कुठी बसियां सरपंच रावल साहब ने दस्या कि सारा तार सिंह जी के नौजवान पुत्र सुनने च नहीं रहा। बेशक मेरे तीन चार प्रोम से वही भोगते सन, लेकिन एक असह है तो दुखा उस दुश्मन भी शामिल हो जाते हैं। मेरा तो पिंड बसिया के नाल परिवार के साथ प्यार है। मेरे तो पहला जिन्हें बुलारे बोले ने समेत मेरे असं कहने कि बहुत अटल सच्चाई है। असं मानते हैं इस गल कि साढ़े पिछ किसी ने नहीं रहना, पर नाल दी नाल कोई गल मन भी तैयार नहीं कि मैं मर जाना। कोई शब्द मूँह चो भी निकलता, यह शब्द केवल तो केवल जो असं किसी शेर को शमशान घाट लेके जाने बंदी हुई चकर आपके अखों देखते हैं तो साढ़े मन च एक ख्याल आता कि एक ना एक दिन मैं भी इतने आना। बस उन्नी देर सू याद रही मौत, रास्ता भी वह हों मनुख भी वह हों फिर उस रस्ते जाते फिर बहाने बना लगता मन। यह बुढ़ा सी, यह बीमार रहता सी, मैं नौजवान हाँ, मेरे को बीमारी नहीं। गल की मौत को भुलाने की कोशिश की जाती है। सियासी लोग, धार्मिक लोग, सत महापुरश भाने की गल करते हैं, भाने नहीं मने जाते। बहुत औखा वो धन सी धन कलगिया वाला पातशाह जिन्हें चारों अपने हथी तुरते, असी दुनियावी लोग असी तो अपने औलाद के कंडा बजे नहीं सहार सकते। चारा ता को कीजे सद नमस्कार, सच्चे पातशाह तेरी बासी तू लै गया, तेरी मर्जी सबर करना पैदा। असर अवतार सिंह जी थोड़े जिते एक दादे की जिम्मेवारी है और तुम दादे का रूप भी बाप का रूप भी उन्होंने बच्चे जड़े ने उन्होंने विधवा एक बाप वगू एक घर के मोढ़ी वगू उन्होंने परवरिश करनी है। आज जिन्हें रिश्तेदार यार दोस्त कट्ठे हुए हैं साढ़े तक बीमारी चल पी है सानू समझ कोई नहीं क्योंकि मोबाइल मूल तो उन्होंने लोगों पढ़े लिखे लिए बनाए से साडे मूर्ख टोलन लिए थोड़ा बनाए। जो कुछ एजेंसी मोबाइल का कर लग गए हैं जो हरकत मोबाइल पर देखते हैं वो इन्हें घटिया इन अश्लील ने कि देखी ही जाती है। सो इतने बैठे भी असी मोबाइल सुनी जाते रहने मेरे यही अंत अरदास चाहन का फायदा भी की है और अज अरदास कर रहे हैं तो गुरु साहब को सच्चे मन चो अरदास करिए। सच्चे पातशाह मेरे कोई अधिकार नहीं है कि मैं ये गल कह कि वाहगुरु तू भाणा मन का बल बख्शना, ये अधिकार वो ही है। अस तो इन्हें कह सकते हैं कि सच्चा पातशाह ताकत बख्श परिवार को। और अखीर में जब हम पैदा हुए जग हंसे हम रोए, ऐसी करनी कर चलो हम हंसे जग रोए, इन्हें कुछ कहता हुआ अंतम अरदास शब्द हूँ।
ਤਲਵੰਡੀ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਜੋਂ ਦੁਖੀ ਸ਼੍ਰੀ ਖੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਿਆ। ਹੁਣ ਜਗਦੀਸ਼ਪਾਲ ਜੀ ਮਹਿਤਾ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਉਸ ਤੋਂ ਬਾਅਦ ਸਾਡੇ ਹਰਭਜਨ ਸਿੰਘ ਜੀ ਜੋ ਸਟੇਟ ਆਗੂ ਅਵੇਲੇਬਲ ਸੀ ਉਹ ਤਿਆਰ ਹੈ। ਜਗਦੀਸ਼ਪਾਲ ਜੀ ਮਹਿਤਾ ਵਿੱਚ ਜੁੜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ 20 ਸਤੰਬਰ ਦਾ ਮਨਹੂਸ ਦਿਨ ਜੋ ਬੱਸੀਆਂ ਪਰਿਵਾਰ 'ਤੇ ਹਨੇਰੀ ਬਣ ਕੇ ਝੁਲਿਆ। ਵੈਸੇ ਤਾਂ 30 ਅਗਸਤ ਦਾ ਦਿਨ ਹੀ ਮੈਂ ਮਾੜਾ ਕਹੂੰਗਾ, ਜਿੱਦਣ ਐਕਸੀਡੈਂਟ ਹੋਇਆ, ਜਿੱਦਣ ਸਾਨੂੰ ਪਤਾ ਲੱਗਿਆ ਅਤੇ ਸਾਡੇ ਸਾਰੇ ਗਰੁੱਪ ਨੇ, ਦਰਸ਼ਕ ਸਰੋਤਾ ਸੰਘ ਨੇ ਇੰਨੀਆਂ ਅਰਦਾਸਾਂ ਕੀਤੀਆਂ, ਇੰਨੀਆਂ ਬੇਨਤੀਆਂ ਕੀਤੀਆਂ, ਸਾਰੀਆਂ ਵਿਅਰਥ ਗਈਆਂ। ਰੋਜ਼ ਹੀ ਗੱਲ ਅਵਤਾਰ ਸਿੰਘ ਜੀ ਨਾਲ ਹੁੰਦੀ ਰਹਿੰਦੀ ਸੀ ਔਰ ਇਹ ਕਹਿੰਦੇ ਸੀ ਵੀ ਆਸ ਵੱਜਦੀ ਆ ਕਿ ਉਹਨੂੰ ਅੱਖ ਪੜਦਾ ਝਾਕਦਾ, ਉਮੀਦ ਵੱਜੀ ਸੀ, ਪਰ ਜੋ ਭਾਣਾ ਸੀ ਉਹ 20 ਸਤੰਬਰ ਨੂੰ ਵਾਪਰ ਗਿਆ। ਬਹੁਤ ਵੱਡੀ ਸੱਟ, ਬਹੁਤ ਕਰਾਰੀ ਸੱਟ ਅਵਤਾਰ ਸਿੰਘ ਬੱਸੀਆਂ 'ਤੇ ਪਈ ਹੈ। ਮੈਂ ਤਾਂ ਬੇਨਤੀ ਕਰਦੀ ਹਾਂ ਕਿ ਰੱਬ ਇਹਦੀ ਸੱਟ ਕਿਸੇ ਦੇ ਨਾਲ ਪਾਵੇ। ਉਹਨਾਂ ਬੱਚਿਆਂ ਦਾ ਜਿਹੜੇ ਭੋਰਾ ਭਰਾ ਬੱਚੇ ਨੇ, ਕੀ ਹਾਲ, ਕੀ ਹਾਲ ਉਸ ਵਿਧਵਾ ਦਾ, ਕੀ ਹਾਲ ਉਸ ਮਾਂ ਦਾ, ਕੀ ਹਾਲ ਉਸ ਪਿਓ ਦਾ। ਧਰਮੰਡੀ ਸਾਹਿਬ ਕਹਿ ਕੇ ਆ ਵੀ ਬਾਪ ਨੂੰ ਅਰਜ਼ੀ ਚੱਕਣੀ ਪੈਣੀ ਬੱਚਿਆਂ ਦੀ ਕਿੰਨੀ ਔਖੀ ਹੈ, ਬਹੁਤ ਕੋਝਾ ਭਰਾ। ਸੋ ਇਸ ਨੂੰ ਆਪਾਂ ਕਹਿ ਦਿੰਦੇ ਹਾਂ ਭਾਣਾ ਮਰਨਾ ਪੈਣਾ, ਬਹੁਤ ਔਖਾ ਭਾਣਾ ਕਹਿਣਾ ਸੌਖਾ ਜਿਹੜੇ ਪਰਿਵਾਰ 'ਤੇ ਪੈਂਦੀ ਆ, ਭਾਣਾ ਮਰਨਾ ਬਹੁਤ ਔਖਾ। ਇਹ ਤਾਂ ਪਰਮਾਤਮਾ ਹੀ ਆ ਜਿਹੜਾ ਸਮਰਥ ਬਖਸ਼ੇ ਸਾਨੂੰ, ਅਸੀਂ ਇਸ ਭਾਣੇ ਨੂੰ ਮੰਨੀਏ। ਔਰ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਪਰਿਵਾਰ ਨੂੰ ਤਾਕਤ ਬਖਸ਼ਿਓ, ਸਮਰਥ ਬਖਸ਼ਿਓ। ਇਹ ਪਰਿਵਾਰ ਇਸ ਤਰ੍ਹਾਂ ਹੀ ਹੱਸਦਾ ਖੇਡਦਾ, ਠੀਕ ਹੈ, ਗਰਮੀ ਤਾਈ ਹੈਗੀ ਆ, ਬਰਦਾਸ਼ਤ ਕਰਨੀ ਆ ਆਪਾਂ, ਪਰ ਬੱਚਿਆਂ ਲਈ ਆਪਾਂ ਉਵੇਂ ਬੱਚਿਆਂ ਨੂੰ ਮਹਿਸੂਸ ਨਾ ਹੋਣ ਦਈਏ। ਅਤੇ ਆਪਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਿਛੜੀ ਆਤਮਾ ਹੱਥ ਤੋਂ ਬੱਚਾ ਵਿਛੜ ਗਿਆ ਵਾ, ਸਾਡਾ ਤਖਤ ਜਗਤ ਵਿਛੜ ਗਿਆ, ਵੀ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਨੀ ਬਹੁਤ ਪਹਾੜ ਵੀ ਆ ਜਿਹੜੇ ਉਹ ਡੋਲ ਜਾਂਦੇ ਆ, ਪਰਬਤ ਵੀ ਹਿੱਲ ਜਾਂਦੇ ਆ, ਦਰਿਆ ਵੀ ਪੁੱਠੇ ਚੱਲ ਪੈਂਦੇ ਆ। ਸੋ ਮੈਂ ਹਰਭਜਨ ਸਿੰਘ ਜੀ ਜੋ ਸਾਡੇ ਬਿਹੋੜ ਦੇ ਸੂਬੇ ਦੇ ਆਗੂ ਆ, ਉਹਨਾਂ ਨੂੰ ਬੇਨਤੀ ਕਰਦਾ। ਉਸ ਤੋਂ ਬਾਅਦ ਸਾਡੇ ਲਾਸਟ ਬੁਲਾਰੇ ਓਮ ਗੌਰੀਦੱਤ ਸ਼ਰਮਾ ਜੀ ਜੋ ਜਲੰਧਰ ਦੂਰਦਰਸ਼ਨ ਦੇ ਡਾਇਰੈਕਟਰ ਸਾਹਿਬ ਪਹੁੰਚੇ ਆ, ਉਹ ਵੀ ਆਪਣੇ ਨਾਲ ਸ਼ਰਧਾ ਦੇ ਪ੍ਰਗਟ ਕਰ ਸ਼ਰਧਾ ਦੇ ਪ੍ਰਗਟ ਕਰਨ ਵਾਸਤੇ, ਪਰਿਵਾਰ ਦੇ ਦੁੱਖ 'ਚ ਸ਼ਾਮਿਲ ਹੋਣ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸੰਸਕਾਰ ਵਾਲੇ ਦਿਨ ਵੀ ਬਹੁਤ ਵੱਡੀ ਗਿਣਤੀ ਦੇ ਅੰਦਰ ਆਪਾਂ ਇਕੱਤਰ ਹੋ ਕੇ ਪਰਿਵਾਰ ਦੇ ਦੁੱਖ 'ਚ ਸ਼ਾਮਿਲ ਵੀ ਹੋਏ, ਪਰਿਵਾਰ ਨੂੰ ਧਰਵਾਸ ਕਰਾਉਣ ਦਾ ਯਤਨ ਵੀ ਕੀਤਾ। ਉਸ ਤੋਂ ਬਾਅਦ ਅੱਜ ਤੱਕ ਵੀ ਲਗਾਤਾਰ ਆਪਾਂ ਹੌਸਲਾ ਦੇਣ ਦਾ ਯਤਨ ਕਰ ਰਹੇ ਹਾਂ। ਅੱਜ ਵੀ ਬਹੁਤ ਵੱਡੀ ਗਿਣਤੀ ਦੇ ਅੰਦਰ ਜੋ ਸੰਗਤਾਂ ਪਹੁੰਚੀਆਂ ਨੇਗੀਆਂ, ਰਿਸ਼ਤੇਦਾਰ, ਦੋਸਤ ਮਿੱਤਰ, ਪਰਿਵਾਰ ਦੇ ਦੁੱਖ ਦੇ ਅੰਦਰ ਬੜੀ ਮਾੜੀ ਘਟਨਾ ਵਾਪਰੀ ਹੈ। ਕਈ ਵਾਰੀ ਆਪਾਂ ਸੋਚਦੇ ਕੁਛ ਹੋਰ ਆ, ਲੇਕਿਨ ਹੁੰਦਾ ਹੋ ਰਿਹਾ। ਜਿਵੇਂ ਪਹਿਲਾਂ ਦੱਸਿਆ ਗਿਆ ਸ਼ੁਰੂ 'ਚ, ਪਰਮ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਖਵੀਰ ਸਿੰਘ ਜੀ ਸੁਪੁੱਤਰ ਸਰਦਾਰ ਅਵਤਾਰ ਸਿੰਘ ਬੱਸੀਆਂ ਜੀ, ਲਖਵੀਰ ਸਿੰਘ ਜੀ ਨੂੰ ਅਸੀਂ ਪਿਆਰ ਨਾਲ ਲੱਖਾ ਵੀ ਕਹਿੰਦੇ ਸੀ। ਉਹਨਾਂ ਦਾ ਪਿਆਰ ਸਾਰਿਆਂ ਨਾਲ ਸੀ। ਕੁਝ ਨੌਜਵਾਨ ਹੁੰਦੇ ਹੈ ਜਿਹੜੇ ਆਪਣੇ ਪਿਆਰ ਨਾਲ ਦਿਲਾਂ ਦੇ ਰਾਜ ਕਰਦੇ ਹੈ। ਅੱਜ ਜਿਸ ਸ਼ਰਧਾ ਦੇ ਨਾਲ ਇਸ ਅੰਤਿਮ ਅਰਦਾਸ ਦੇ ਮੌਕੇ ਤੁਸੀਂ ਸਾਰੇ ਪਹੁੰਚੇ ਹੋ, ਇਸ ਹਜ਼ੂਰ ਨੂੰ ਦੇਖ ਕੇ
हर कोई अंदाजा ला सकता है कि यह परिवार बस्सियां दे इलाके दे विच की मायने रखता है। वाहेगुरू जी का खालसा वाहेगुरू जी की फतेह। जिथे असी गड्डी ले लैने गड्डियां चला लैने नौजवान बाकी सारे गड्डियां भजाई जाने पर कितने भी असी कोई जिम्मेवारी नहीं समझते। जो असी सड़क पर गड्डी चला रहे हैं सिर्फ अपनी सुरक्षा ही नहीं साड़ी जिम्मेवारी, आम बंदा जिहड़ा अगे भी चलता पाया जिहड़े दूजे पासे भी गड्डी चलाउंदे पए आ उन्हां दी भी जिम्मेवारी उन्हां दी सुरक्षा की जिम्मेवारी साड़ी हुंदी आ। पर बड़े दुख की गल है कि ये गल जिहड़े लोग गड्डियां चलाउंदे आ जिहदे हादसे हुंदे आ ये गल किसी दे मन विच नहीं आउंदी। PBC मैंबर भजन सिंह जी सबका सरपंच जगजीत सिंह जी सुखपाल सिंह जी बलवंत सिंह जी सिद्धवा कला अमली सरपेंटर बिल्लू खान जी रिटायर यूनियन के प्रधान और जसवंत सिंह जी सर्कल आगू और होर बहुत सारे पंच सरपंच इलाके दियां मानयोग शख्सियतां पर श्री सतरंग सर साहब वास्ते 500 रुपया गुरद्वारा सिंह सभा 500 रुपये बाबे शहीदां दे स्थान वास्ते 500 रुपया।